ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡੀ ਆਪਣੀ ਖੁਸ਼ੀ ਅਰੋੜਾ। ਔਰ ਤੁਸੀਂ ਮੈਨੂੰ ਬਹੁਤ ਚੰਗੀ ਤਰ੍ਹਾਂ ਜਾਣਦੇ ਹੋ, ਜਿੱਦਾਂ ਕਿ ਤੁਹਾਨੂੰ ਪਤਾ ਹੈ ਮੈਂ ਇੱਕ ਜੋਲੀ ਨੇਚਰ ਦੀ ਲੜਕੀ ਹਾਂ। ਤਾਂ ਦੋਸਤੋ, ਮੇਰਾ ਟੋਪਿਕ ਇਹ ਹੈ ਕਿ ਲੋਕ ਮੈਨੂੰ ਕਹਿੰਦੇ ਨੇ ਤੁਸੀਂ ਬਹੁਤ ਫਰੈਂਕ ਹੋ। ਤਾਂ ਮੈਂ ਤੁਹਾਨੂੰ ਪੁੱਛਣਾ ਚਾਹੂੰਗੀ ਕਿ ਫਰੈਂਕ ਹੋਣਾ ਕੋਈ ਗਲਤ ਗੱਲ ਹੈ ਜਾਂ ਫਿਰ ਫਰੈਂਕ ਲੜਕੀਆਂ ਮਤਲਬ ਥੋੜ੍ਹਾ ਗਲਤ ਹੁੰਦੀਆਂ ਨੇ, ਲੋਕਾਂ ਦੀ ਇੱਦਾਂ ਦੀ ਸੋਚ ਹੈ। ਸੋ ਦੋਸਤੋ, ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦੀ ਹਾਂ, ਜੇ ਮੈਂ ਕੋਈ ਕੰਮ ਕਰ ਰਹੀ ਹਾਂ ਉਹਦੇ ਵਿੱਚ ਮੈਂ ਦਬ ਦਬ ਕੇ ਕੰਮ ਕਰਾਂ, ਮਤਲਬ ਥੋੜ੍ਹਾ ਕੰਫਿਊਜ਼ ਹੋ ਕੇ ਗੱਲ ਕਰਾਂ, ਤਾਂ ਸਾਹਮਣੇ ਵਾਲੇ ਨੂੰ ਵੀ ਅੱਛਾ ਨਹੀਂ ਲੱਗੇਗਾ ਕਿ ਇਹਨੂੰ ਤਾਂ ਤਰੀਕਾ ਹੀ ਨਹੀਂ ਹੈ ਕੰਮ ਕਰਨ ਦਾ। ਜੇ ਮੈਂ ਫਰੈਂਕ ਹੋ ਕੇ ਗੱਲ ਕਰਦੀ ਹਾਂ ਤਾਂ ਕਹਿਣਗੇ ਬਹੁਤ ਹੀ ਓਵਰ ਸਮਾਰਟ ਹੈ ਇਹ, ਅਤੇ ਇਹ ਮਤਲਬ ਕਿ ਬਹੁਤ ਹੀ ਓਪਨਲੀ ਗੱਲ ਕਰ ਲੈਂਦੀ ਹੈ ਹਰ ਕਿਸੇ ਨਾਲ, ਹਰ ਕਿਸੇ ਨੂੰ ਬੜੀ ਓਪਨਲੀ ਮਿਲ ਲੈਂਦੀ ਹੈ। ਤਾਂ ਤੁਸੀਂ ਮੈਨੂੰ ਇਸ ਗੱਲ ਦਾ ਜਵਾਬ ਦਿਓ ਕਿ ਮੇਰਾ ਫਰੈਂਕ ਹੋਣਾ ਕਿਸੇ ਨੂੰ ਚੁੱਭਦਾ ਜਾਂ ਫਿਰ ਮੈਂ ਤੁਹਾਨੂੰ ਲੱਗਦਾ ਹੈ ਕਿ ਫਰੈਂਕ ਹੋਣਾ ਕੋਈ ਗਲਤ ਗੱਲ ਹੈ। ਅੱਜ ਦੇ ਟਾਈਮ 'ਤੇ ਹਰ ਲੜਕੀ ਫਰੈਂਕ ਹੈ, ਤਾਂ ਮੈਨੂੰ ਨਹੀਂ ਲੱਗਦਾ ਕਿ ਫਰੈਂਕ ਹੋਣਾ ਕੋਈ ਗਲਤ ਗੱਲ ਹੈ। ਅਗਰ ਅਸੀਂ ਫਰੈਂਕ ਨਹੀਂ ਹੋਵਾਂਗੇ ਤਾਂ ਕੰਮ ਕਿੱਦਾਂ ਕਰਾਂਗੇ? ਅਸੀਂ ਚਾਰ ਜਣਿਆਂ ਨਾਲ ਬੈਠ ਕੇ ਖੁੱਲ੍ਹ ਕੇ ਗੱਲ ਨਹੀਂ ਕਰ ਸਕਦੇ ਤਾਂ ਅਸੀਂ ਕਿੱਦਾਂ ਕੰਮ ਕਰ ਸਕਦੇ ਹਾਂ? ਸੋ ਦੋਸਤੋ, ਮੈਂ ਗੁਜ਼ਾਰਿਸ਼ ਕਰਨਾ ਚਾਹੁੰਦੀ ਹਾਂ ਉਹਨਾਂ ਲੋਕਾਂ ਨੂੰ ਜੋ ਕਹਿੰਦੇ ਨੇ ਤੁਸੀਂ ਗਲਤ ਹੋ, ਤੁਸੀਂ ਜ਼ਿਆਦਾ ਫਰੈਂਕ ਹੋ। ਔਰ ਬੜਾ ਅਜੀਬ ਜਿਹਾ ਸੁਣਨ ਨੂੰ ਲੱਗਦਾ ਹੈ ਕਿ ਜੇ ਇੱਕ ਲੜਕੀ ਇੱਕ ਮਤਲਬ ਆਪਣੀ ਜ਼ਿੰਦਗੀ ਦੇ ਵਿੱਚ ਕੁਛ ਕਰ ਰਹੀ ਹੈ ਤਾਂ ਉਹਨੂੰ ਕੁਛ ਨਾ ਕੁਛ ਇੱਦਾਂ ਦਾ ਕਹਿ ਦਿੱਤਾ ਜਾਂਦਾ ਹੈ ਕਿ ਉਹਦਾ ਹੌਸਲਾ ਟੁੱਟ ਜਾਂਦਾ ਹੈਗਾ। ਸੋ ਦੋਸਤੋ, ਮੈਂ ਇਹ ਸ਼ੇਅਰ ਇਸ ਲਈ ਕਰ ਰਹੀ ਹਾਂ, ਮੇਰੀ ਇੱਕ ਫਰੈਂਡ ਸੀ ਜੋ ਮੇਰੀ ਹੀ ਤਰ੍ਹਾਂ ਫਰੈਂਕ ਸੀ, ਔਰ ਉਹਦੀ ਇੱਕ ਦੁੱਖ ਭਰੀ ਘਟਨਾ ਸੁਣ ਕੇ ਮੇਰੇ ਦਿਲ 'ਚ ਆਇਆ ਕਿ ਜੇ ਲੋਕ ਇਸ ਲੜਕੀ ਬਾਰੇ ਇਹੋ ਜਿਹਾ ਕੁਛ ਕਹਿ ਸਕਦੇ ਆ ਤਾਂ ਮੇਰੇ ਬਾਰੇ ਵੀ ਔਫਕੋਰਸ ਕਹਿੰਦੇ ਹੋਣਗੇ। ਫਰੈਂਕ ਤਾਂ ਮੈਂ ਵੀ ਬਹੁਤ ਹਾਂ, ਜਿੱਦਾਂ ਕਿ ਤੁਸੀਂ ਮੈਨੂੰ ਚੰਗੀ ਤਰ੍ਹਾਂ ਜਾਣਦੇ ਹੋ। ਬਟ ਦੋਸਤੋ, ਥੋੜ੍ਹਾ ਜਿਹਾ ਸੋਚ ਲਿਆ ਕਰੋ, ਬਹੁਤ ਦੁੱਖ ਹੁੰਦਾ ਜਦੋਂ ਕਿਸੇ ਦਾ ਦਿਲ ਟੁੱਟਦਾ। ਕਿਸੇ ਨੂੰ ਕੁਛ ਕਦੇ ਕਿਸੇ ਦਾ ਦਿਲ ਨਾ ਦੁਖਾਓ। ਅਤੇ ਬਸ ਇੰਨਾ ਹੀ ਕਹਿਣਾ ਚਾਹੁੰਦੀ ਹਾਂ, ਫਰੈਂਕ ਹੋਣਾ ਕੁਛ ਗਲਤ ਨਹੀਂ ਹੈ। ਜੇ ਅਸੀਂ ਫਰੈਂਕ ਨਹੀਂ ਹੋਵਾਂਗੇ ਤਾਂ ਲਾਈਫ 'ਚ ਕੁਛ ਕਰ ਨਹੀਂ ਪਾਵਾਂਗੇ। ਸੋ ਠੀਕ ਹੈ ਜੀ, ਮਿਲਦੇ ਹਾਂ ਜੀ ਬ੍ਰੇਕ ਤੋਂ ਬਾਅਦ। ਸਤਿ ਸ਼੍ਰੀ ਅਕਾਲ।